ਤੁਹਾਡਾ ਪੱਤਰਕਾਰ ਸਾਹਿਬਾਨ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਫਿਰ ਤੁਹਾਡੀ ਆਜ਼ਾਦੀ ਬਾਰੇ ਗੱਲ ਕਰਨ ਲੱਗਿਆ ਕਿ ਜੀ ਨਿਊਜ਼ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ। ਬਹੁਤ ਸਾਰੇ ਸਾਡੇ ਸੋਸ਼ਲ ਮੀਡੀਆ ਦੇ ਚੈਨਲ, ਯੂਟਿਊਬ ਚੈਨਲ, ਜਿਹੜੇ ਸਰਕਾਰ ਦੇ ਖਿਲਾਫ ਮਾੜੀ ਜਿਹੀ ਵੀ ਗੱਲ ਕਰਦੇ ਪੰਜਾਬ ਵਾਲੀ ਦੇ, ਉਹਨੂੰ ਉਹ ਬੰਦ ਕਰ ਦਿੰਦੇ। ਬੀਜੇਪੀ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ, ਇਹ ਦੋਵੇਂ ਇਸ ਮਾਮਲੇ 'ਚ ਇੱਕੋ ਥਾਲੀ ਦੇ ਚਿੱਟੇ ਵੱਟੇ ਹੈ। ਦੋਵੇਂ ਪ੍ਰੈਸ ਦੀ ਬਾਂਹ ਮਰੋੜਨਾ ਚਾਹੁੰਦੇ ਹੈ, ਦੋਵੇਂ ਪ੍ਰੈਸ ਨੂੰ ਦਬਾ ਰਹੇ ਹੈ, ਦੋਵੇਂ ਪ੍ਰੈਸ ਦੀ ਆਜ਼ਾਦੀ 'ਤੇ ਲਗਾਤਾਰ ਹਮਲੇ ਕਰਦੇ ਆ ਰਹੇ। ਪਹਿਲਾਂ ਪ੍ਰਿੰਟ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਅਜੀਤ ਅਖਬਾਰ 'ਤੇ ਵੱਡਾ ਹਮਲਾ ਕੀਤਾ ਗਿਆ। ਉਹਨਾਂ ਦੇ ਸੰਪਾਦਕ 'ਤੇ ਇੱਕ ਝੂਠੀ FIR ਕੀਤੀ ਗਈ। ਹੁਣ ਜੀ ਨਿਊਜ਼ ਨੂੰ, ਜਿਹੜਾ ਕਿ ਵੱਡਾ ਦੇਸ਼ ਦਾ ਚੈਨਲ ਹੈ, ਉਹਨੂੰ ਪੰਜਾਬ 'ਚ ਬੰਦ ਕੀਤਾ ਗਿਆ ਹੈ। ਸਾਡੇ ਬਹੁਤ ਸਾਰੇ ਯੂਟਿਊਬਰਾਂ ਨੂੰ ਪੁਲਿਸ ਧਮਕੀਆਂ ਦੇ ਰਹੀ ਹੈ, ਬਹੁਤ ਸਾਰੇ ਪੱਤਰਕਾਰਾਂ ਨੂੰ ਪੁਲਿਸ ਧਮਕੀਆਂ ਦੇ ਰਹੀ ਹੈ, ਬੁਲਾ ਕੇ ਭਰਮਾ ਕੇ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੂੰ ਜਾਂ ਇਹ ਉਹਨਾਂ ਦੇ ਹੱਕ 'ਚ ਖਬਰਾਂ ਲਾਉਣ, ਨਿਊਟਰਲ ਖਬਰ ਨਾ ਲਾਉਣ, ਜਾਂ ਇਹਨਾਂ ਨੂੰ ਉਹ ਬੰਦ ਕਰ ਰਹੇ। ਸੋ ਮੇਰਾ ਇਸ ਮਾਮਲੇ 'ਚ ਸਖਤ ਇਤਰਾਜ਼ ਹੈ। ਮੈਂ ਇਸ ਗੱਲ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਸਰਕਾਰ ਦੇ ਐਕਟ ਦੀ, ਔਰ ਅਜੀਤ ਦੇ ਖਿਲਾਫ਼ ਜਿਹੜੀ FIR ਕੀਤੀ ਉਹ ਤੁਰੰਤ ਵਾਪਸ ਕੀਤੀ ਜਾਵੇ। ਜੀ ਨਿਊਜ਼ ਵਰਗੇ ਜਿਹੜੇ ਚੈਨਲ, ਜਿੰਨੇ ਚੈਨਲ ਬੰਦ ਕੀਤੇ ਹੈ ਛੋਟੇ ਵੀ, ਉਹਨਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਪਹਿਲੀ ਮੇਰੀ ਗੱਲ ਇਹ ਹੈ। ਦੂਸਰਾ, ਭਗਵੰਤ ਮਾਨ ਜੀ ਜਿੱਥੇ ਵੀ ਜਾਂਦੇ ਹੈ ਉੱਥੇ ਮੁਲਾਜ਼ਮਾਂ ਨੂੰ ਹਾਊਸ ਅਰੈਸਟ ਕਰ ਲਿਆ ਤਿਆਰ ਰਾਤ ਨੂੰ ਆਉਂਦੇ ਹੈ। ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਮੁਲਾਜ਼ਮਾਂ ਦੇ ਨਾਲ ਕਿਆ ਬੈਰ ਹੈ? ਸਰਕਾਰ ਦਾ ਮੁਲਾਜ਼ਮਾਂ ਦੇ ਨਾਲ ਅੱਛਾ ਕੋਆਰਡੀਨੇਸ਼ਨ ਹੋਣਾ ਚਾਹੀਦਾ ਹੈ। ਅੱਛੇ ਤਰੀਕੇ ਦੇ ਨਾਲ ਸਰਕਾਰਾਂ ਤਾਂ ਚੱਲਦੀਆਂ। ਜੇ ਸਰਕਾਰ ਨੂੰ ਦਵਾਈ ਜਾਣ, ਸਰਕਾਰ ਮੁਲਾਜ਼ਮਾਂ ਨੂੰ ਦਵਾਈ ਜਾਏਗੀ, ਜੇਲ੍ਹ 'ਚ ਡੱਕੇਗੀ, ਐਸੇ ਮੁੱਖ ਮੰਤਰੀ ਦੀ ਕਿਹੜੀ ਪਾਪੂਲੈਰਿਟੀ ਹੈ ਜਿਹਦੇ ਆਪਣੇ ਹੀ ਮੁਲਾਜ਼ਮਾਂ ਨੂੰ ਪਹਿਲਾਂ ਜੇਲ੍ਹ ਵਿੱਚ ਭੇਜ ਕੇ ਉਹ ਕਿਤੇ ਜਾਵੇ? ਅੱਜ ਉਹਨਾਂ ਨੇ ਅਨੰਦਪੁਰ ਸਾਹਿਬ ਜਾਣਾ, ਏਰੀਏ ਜਾਣਾ ਹੋਏਗਾ, ਤਾਂ ਉੱਥੇ ਦੇ ਸਾਰੇ ਮੁਲਾਜ਼ਮ ਲੀਡਰ ਅੱਜ ਹਾਊਸ ਅਰੈਸਟ ਕਰ ਲਏ ਹੈ। ਅਸੀਂ ਇਸ ਦੀ ਘੋਰ ਨਿੰਦਾ ਕਰਦੇ ਹਾਂ, ਔਰ ਅਸੀਂ ਅੱਜ ਕੱਲ੍ਹ ਸਾਡੇ ਕਾਰਕੁਨਾਂ ਨੇ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ, ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਕਾਰਵਾਈ ਕਰਕੇ ਰਾਤ ਨੂੰ 2:30 ਵਜੇ ਆਮ ਆਦਮੀ ਪਾਰਟੀ ਦੀ ਸ਼ਹਿ ਦੇ ਨਾਲ ਚੱਲ ਰਹੀ ਨਜਾਇਜ਼ ਮਾਈਨਿੰਗ ਨੂੰ ਬੇਨਕਾਬ ਕੀਤਾ, ਫੜਿਆ ਹੈ। ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਯਾਰ, ਉਹ ਇਸ ਗੱਲ 'ਤੇ ਆਪਣਾ ਬਿਆਨ ਦੇਣ ਕਿ 2 ਦਿਨ ਪਹਿਲਾਂ ਇੱਥੇ ਸਾਡੇ ਹਲਕੇ ਦੇ ਵਿੱਚ, ਜਲੰਧਰ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਫੜੀ ਗਈ ਹੈ, ਕੱਲ੍ਹ ਰੋਪੜ ਜ਼ਿਲ੍ਹੇ ਦੇ ਵਿੱਚ ਰਾਤ ਨੂੰ ਸਾਡੇ ਲੀਡਰਾਂ ਨੇ ਜਾ ਕੇ ਉਹਨਾਂ ਨੂੰ ਬੇਨਕਾਬ ਕੀਤਾ ਹੈ। ਕਿਹਦੀ ਸ਼ਹਿ 'ਤੇ ਚੱਲਦੀ ਹੈ ਮੁੱਖ ਮੰਤਰੀ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਹਾਡਾ ਇਹਦੇ 'ਚ ਕਿਆ ਰੋਲ ਹੈ? ਤੁਹਾਡੇ ਮੰਤਰੀ ਔਰ MLA ਦਾ ਕਿਆ ਰੋਲ ਹੈ? ਤੁਹਾਡੀ ਪੁਲਿਸ ਦੇ ਅਧਿਕਾਰੀ ਜਿਹੜੇ ਤੁਹਾਡੇ ਪੁਸਤ ਪਨਾਹੀ ਕਰਦੇ, ਉਹਨਾਂ ਦਾ ਕਿਆ ਰੋਲ ਹੈ? ਮੈਂ ਇਹ ਪੁੱਛਣਾ ਚਾਹੁੰਦਾ, ਜਦੋਂ ਸਾਡੀ ਸਰਕਾਰ ਸੀ ਉਦੋਂ ਲੀਗਲ ਮਾਈਨਿੰਗ 'ਤੇ ਤੁਸੀਂ
ਰੇਡਾਂ ਕਰਦੇ ਸੀ, ਅੱਜ ਇਲੀਗਲ ਮਾਈਨਿੰਗ ਹੋਈ ਹੈ, ਹੋ ਰਹੀ ਹੈ ਹਰ ਜਗ੍ਹਾ। ਤੁਸੀਂ 20 ਕਰੋੜ ਰੁਪਈਆ ਵੀ ਦਿੱਤਾ ਨਹੀਂ, 20,000 ਕਰੋੜ ਦੀ ਗੱਲ ਕਹੀ ਤੀ ਸਾਲਾਨਾ ਹੋਏਗਾ, ਤੁਸੀਂ 20 ਕਰੋੜ ਵੀ ਨਹੀਂ ਦਿੰਦੇ। ਕਿਸ ਤਰੀਕੇ ਦੇ ਨਾਲ ਸਾਡੀ ਪੈਸੇ ਨੂੰ ਤੁਹਾਡਾ ਪਾਰਟੀ ਚੂਨਾ ਲਗਾ ਕੇ ਤੁਸੀਂ ਪਾਰਟੀ ਦਾ ਪੈਸੇ, ਪਾਰਟੀ ਦੇ ਕੰਮਾਂ ਵਾਸਤੇ ਪੈਸੇ ਵਰਤ ਰਹੇ ਹੋ, ਤੁਹਾਡੇ ਲੀਡਰ ਆਪਣੇ ਪਰਸਨਲ ਪੈਸੇ ਉਸ ਨੂੰ ਇਕੱਠੇ ਕਰ ਰਹੇ ਹੈ। ਅਸੀਂ ਇਹਦੀ ਘੋਰ ਨਿੰਦਾ ਕਰਦੇ ਹਾਂ, ਅਸੀਂ ਮੰਗ ਕਰਦੇ ਹਾਂ ਕਿ ਤੁਰੰਤ ਜਿਹੜੇ ਬੰਦੇ ਨਜਾਇਜ਼ ਮਾਈਨਿੰਗ ਕਰਦੇ ਸੀ ਉਹਨਾਂ 'ਤੇ ਪਰਚਾ ਕੀਤਾ ਜਾਵੇ, ਅਤੇ ਉਹਦੇ ਪਿੱਛੇ ਜਿਹੜੇ ਤੁਹਾਡੇ MLA ਹੈ, ਮੰਤਰੀ ਹੈ, ਉਹਨਾਂ ਨੂੰ ਬੇਨਕਾਬ ਕੀਤਾ ਜਾਵੇ। ਸਰ ਆ ਥਰਮਲ ਪਲਾਂਟ, ਲੇਕਿਨ ਉਹਦਾ ਕਾਰਨ ਇਹ ਹੈ ਕਿ ਸਾਡੇ ਬੰਦਿਆਂ ਨੇ ਪਹਿਲਾਂ ਇਲੀਗਲ ਮਾਈਨਿੰਗ ਬੇਨਕਾਬ ਕੀਤੀ ਹੈ ਔਰ ਵੱਖ ਵੱਖ ਥਾਵਾਂ 'ਤੇ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ। ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਸੀ ਅਸੀਂ ਮੈਨੂਅਲ ਟਰਾਲੀਆਂ ਭਰਾ ਕੇ ਟਰਾਲੀਆਂ 'ਚ ਦੇਵਾਂਗੇ, ਕਿਤੇ ਟਰਾਲੀ ਭਰਦੀ ਦਿਖਾ ਦਿਓ ਮੈਨੂੰ ਦਿਨ ਦੇ ਵਿੱਚ, ਕਿਤੇ ਮੈਨੂਅਲ ਮਾਈਨਿੰਗ ਹੁੰਦੀ ਦਿਖਾ ਦਿਓ। ਪੂਰੇ ਸੂਬੇ ਦੇ ਵਿੱਚ ਰਾਤ ਨੂੰ ਮਾਈਨਿੰਗ ਹੁੰਦੀ ਹੈ, ਟਿੱਪਰਾਂ ਔਰ ਮਸ਼ੀਨਾਂ ਦੇ ਨਾਲ ਹੁੰਦੀ ਹੈ, ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ਹਿ ਦੇ ਨਾਲ ਹੁੰਦੀ ਹੈ। 13 ਕਰੋੜ ਰੁਪਏ। ਦੇਖੋ ਜੀ, ਅਸਲ ਦੇ ਵਿੱਚ ਜਿਸ ਦਿਨ ਦੀ ਇਹ ਸਰਕਾਰ ਆਈ ਹੈ, ਇਹ ਅਸਲੀ ਮਾਫੀਆ ਗਰੁੱਪ ਇਹ ਸਰਕਾਰ ਦੇ ਲੀਡਰ ਹੈ, ਇਹਨਾਂ ਨੇ ਚੁਣ ਚੁਣ ਕੇ MLA ਨੂੰ ਟਿਕਟਾਂ ਦਿੱਤੀਆਂ, ਜਿਹੜੇ ਬਾਅਦ ਦੇ ਵਿੱਚ ਮਾਫੀਆ ਚਲਾਉਣ, ਸ਼ੀਤਲ ਉਂਗਰਾਲ ਵਰਗੇ ਬੰਦੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ, ਉਹ ਇੱਕ ਅਸਲ ਦੇ ਵਿੱਚ ਮਾਫੀਆ ਗਰੁੱਪ ਹੈ ਜਿਹੜਾ ਇਹਨਾਂ ਨੇ, ਜਿਹਨਾਂ ਨੂੰ ਟਿਕਟਾਂ ਦੇ ਕੇ MLA ਵੀ ਬਣਾ ਲਿਆ, ਅਤੇ ਬਾਅਦ ਦੇ ਵਿੱਚ ਹੋਰ ਅਹੁਦਿਆਂ 'ਤੇ ਜਾਂ ਪਾਰਟੀ ਦੇ ਕੰਮ ਕਰਦੇ ਹੈ। ਪੂਰੇ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ, ਨਜਾਇਜ਼ ਸ਼ਰਾਬ ਦਾ ਧੰਦਾ, ਡਰੱਗਸ ਦਾ ਧੰਦਾ, ਚਿੱਟੇ ਦਾ ਧੰਦਾ, ਪੂਰੇ ਜਲੰਧਰ ਵਿੱਚ ਖਾਸ ਤੌਰ 'ਤੇ ਲਾਟਰੀ ਦਾ, ਪੂਰੇ ਪੰਜਾਬ 'ਚ ਦੜੇ ਸੱਟੇ ਦਾ ਧੰਦਾ, ਪੂਰਾ ਆਮ ਆਦਮੀ ਪਾਰਟੀ ਦਾ ਇੱਕ ਨੈਕਸਸ ਹੈ ਜਿਹੜਾ ਇਹਨੂੰ ਚਲਾ ਰਿਹਾ ਹੈ। ਜਿਹੜੇ ਬੰਦੇ ਇਹਨਾਂ ਨੇ, ਪ੍ਰਧਾਨ ਮੰਤਰੀ ਨੇ ਆਉਣਾ ਅਤੇ ਸਾਰੇ ਕਰਮਚਾਰੀ ਗ੍ਰਿਫਤਾਰ ਕਰ ਲਏ ਮੁੱਖ ਮੰਤਰੀ ਨੇ। ਸਰ ਮੈਂ ਆਪਣੀ ਗੱਲਾਂ ਪੂਰੀਆਂ ਕਰ ਲਵਾਂ, ਫਿਰ ਤੁਸੀਂ ਸਾਰੀਆਂ ਕਰ ਲਿਓ। ਇੱਕ ਐਸੀ ਦੇਸ਼ ਦੇ ਫੌਜੀਆਂ ਦੇ ਨਾਲ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ, ਅਸੀਂ ਉਹਨਾਂ 'ਤੇ ਮਾਣ ਕਰਦੇ ਹਾਂ, ਅਸੀਂ ਉਹਨਾਂ 'ਤੇ ਖੜ੍ਹੇ ਹਾਂ। ਅਸੀਂ ਅਗਨੀਵੀਰ ਜਿਹੜੀ ਸਕੀਮ ਲੈ ਕੇ ਆਏ ਆ ਉਸਦਾ ਵਿਰੋਧ ਕਰਦੇ ਹਾਂ। ਅਸੀਂ ਕਹਿੰਦੇ ਫੌਜੀ ਭਰਤੀ ਕਰਨ ਵਾਸਤੇ ਫੌਜੀ ਨੂੰ ਪੂਰੀ ਸਮੇਂ ਲਈ ਭਰਤੀ ਕਰੋ, ਅਤੇ ਬਾਅਦ 'ਚ ਉਹਦੀ ਜੌਬ ਹੈ ਜਿਹੜੀ ਉਹ ਪੈਨਸ਼ਨੇਬਲ ਬਣਾਓ, ਤਾਂ ਕਿ ਉਹ ਬਾਅਦ ਵਿੱਚ ਵੀ ਆ ਕੇ ਗੁਜ਼ਾਰਾ ਕਰ ਸਕੇ। ਦੂਸਰਾ, ਪੰਜਾਬ ਸਰਕਾਰ ਨੇ ਅਸੀਂ 57,000 GOG ਭਰਤੀ ਕੀਤੇ ਹੋਏ ਸੀ, ਪੰਜਾਬ ਸਰਕਾਰ ਨੇ ਫੌਜੀਆਂ ਦੇ ਨਾਲ ਧਰੋ ਘੁਮਾ ਕੇ ਉਹ ਸਕੀਮ ਖਤਮ ਕਰਤੀ ਹੈ। ਉਹਦਾ ਸਕੀਮ ਦਾ ਬਹੁਤ ਲਾਭ ਹੋ ਰਿਹਾ ਸੀ ਪੰਜਾਬ ਨੂੰ, ਉਹ ਸਕੀਮ ਦੇ ਨਾਲ ਨਾਲ ਸਾਰੇ ਫੌਜੀ ਭਾਈ ਸਾਡੇ ਇਹਨਾਂ ਨੇ ਬੇਰੁਜ਼ਗਾਰ ਕਰਤੇ, ਉਹਨਾਂ ਨੂੰ ਕੱਢ ਦਿੱਤਾ ਹੈ। ਇਸ ਗੱਲ ਦੀ ਅਸੀਂ ਨਿੰਦਾ ਕਰਦੇ, ਅਸੀਂ ਮੰਗ ਕਰਦੇ ਕਿ ਤੁਰੰਤ ਉਹ ਸਕੀਮ ਚਾਲੂ ਕਰਕੇ ਜਿਨ੍ਹਾਂ ਨੂੰ ਕੱਢਿਆ ਉਹਨਾਂ ਦੀਆਂ ਨੌਕਰੀਆਂ ਦੁਬਾਰੇ 'ਤੇ ਬਹਾਲ ਕੀਤੀਆਂ ਜਾਣ। ਇੱਕ ਮੈਂ BSP ਦੇ ਵਰਕਰਾਂ ਨੂੰ ਅਪੀਲ ਕਰਨੀ ਹੈ ਕਿ
ਅੱਜ ਜ਼ਰੂਰਤ ਹੈ ਸੰਵਿਧਾਨ ਬਚਾਉਣ ਦੀ, ਅੱਜ ਜ਼ਰੂਰਤ ਹੈ ਜੋ ਸੋਚ ਕਾਂਸ਼ੀ ਰਾਮ ਜੀ ਨੇ ਦਿੱਤੀ ਸੀ ਉਸ ਨੂੰ ਅੱਗੇ ਲੈ ਜਾਣ ਦੀ, ਅੱਜ ਜ਼ਰੂਰਤ ਹੈ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਨਾਮ ਬਚਾਉਣ ਦੀ, ਉਹਨਾਂ ਦਾ ਸੰਵਿਧਾਨ ਬਚਾਉਣ ਦੀ ਅਤੇ ਉਹਨਾਂ ਦੀ ਸੋਚ ਬਚਾਉਣ ਦੀ। ਇਸ ਕਰਕੇ BSP ਦੇ ਵਰਕਰ ਕਿਸੇ ਦੇ ਕਹਿਣ 'ਤੇ ਵੋਟਾਂ ਨੂੰ ਡਾਈਵਰਟ ਨਾ ਕਰਨ। ਕਾਂਗਰਸ ਅੱਜ ਸੰਵਿਧਾਨ ਬਚਾਉਣ ਵਿੱਚ ਲੱਗੀ ਵੀ ਹੈ, ਕਾਂਗਰਸ ਬਾਬਾ ਸਾਹਿਬ ਦੀ ਸੋਚ ਬਚਾਉਣ 'ਚ ਲੱਗੀ ਵੀ ਹੈ। BSP ਦੇ ਕੁਛ ਕੈਂਡੀਡੇਟ BJP ਨਾਲ ਮਿਲ ਕੇ ਸਿਰਫ ਕਾਂਗਰਸ ਦੀਆਂ ਵੋਟਾਂ ਤੋੜਨ ਵਾਸਤੇ, ਇੱਥੇ ਦਾ ਜਿਹੜਾ BJP ਦਾ ਕੈਂਡੀਡੇਟ ਹੈ ਉਹ BSP ਦੇ ਕੈਂਡੀਡੇਟ ਨੂੰ ਪੂਰਾ ਸਪੋਂਸਰ ਕਰ ਰਿਹਾ, ਪੈਸੇ ਦੇ ਰਿਹਾ, ਪੋਸਟਰ ਛਪਾ ਕੇ ਦੇ ਰਿਹਾ, ਸਿਰਫ ਇਸ ਕਰਕੇ ਕਿ ਜਿਹੜੇ ਲੋਕ ਅੰਬੇਦਕਰ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਉਹਨਾਂ ਨੂੰ ਉਹਨਾਂ ਦੀਆਂ ਵੋਟਾਂ ਫਟ ਜਾਣ, ਉਹਨਾਂ ਨੂੰ ਵੋਟ ਨਾ ਪਵੇ। ਇਸ ਕਰਕੇ ਮੈਂ BSP ਦੇ ਵਰਕਰ ਨੂੰ, ਕੇਡਰ ਨੂੰ ਅਪੀਲ ਕਰਦਾ ਕਿ ਤੁਸੀਂ ਮੇਰੇ ਨਾਲ ਕਾਂਗਰਸ ਪਾਰਟੀ ਦੇ ਨਾਲ ਇਕੱਠੇ ਹੋ, ਏਕਤਾ ਦੇ ਨਾਲ ਵੋਟਾਂ ਪਾਈਏ ਤਾਂ ਕਿ ਆਪਾਂ ਆਪਣਾ ਸੰਵਿਧਾਨ ਬਚਾ ਸਕੀਏ। ਇੱਕ ਅਸੀਂ ਅੱਜ ਜਿਹੜੇ ਪੰਜਾਬ ਦੇ ਕਰਮਚਾਰੀ ਹੈ ਸਰਕਾਰੀ, ਉਹ ਬੜੇ ਪਰੇਸ਼ਾਨ ਹੈ, ਉਹਨਾਂ ਦਾ DA ਸਰਕਾਰ ਨੇ ਰੋਕਿਆ ਹੋਇਆ। ਮੈਂ 12-14% DA ਦੇ ਕੇ ਗਿਆ ਸੀ, ਵਿੱਤ ਕਮਿਸ਼ਨ ਦੀ ਰਿਪੋਰਟ ਲਾਗੂ ਕਰਤੀ ਸੀ, ਸਾਰੇ ਕਰਮਚਾਰੀਆਂ ਨੇ ਤਨਖਾਹਾਂ ਵਧਾਈਆਂ, ਆਂਗਨਵਾੜੀ ਵਰਕਰ, ਆਸ਼ਾ ਵਰਕਰ ਹਰ ਦੀ ਤਨਖਾਹ ਵਧੀ, ਲੇਕਿਨ ਇਹ ਸਰਕਾਰ ਨੇ ਉਸ ਤੋਂ ਬਾਅਦ DA ਰੋਕਿਆ ਹੋਇਆ। ਅਸੀਂ ਇਹ ਐਲਾਨ ਕਰਦੇ ਹਾਂ ਕਿ ਰਾਜਸਥਾਨ ਅਤੇ ਹਿਮਾਚਲ 'ਚ ਓਲਡ ਪੈਨਸ਼ਨ ਸਕੀਮ ਲਾਗੂ ਹੋ ਗਈ ਹੈ, ਸਾਡੀ ਸਰਕਾਰ ਆਏਗੀ ਤਾਂ ਅਸੀਂ ਪੰਜਾਬ 'ਚ ਓਲਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਅਤੇ ਕੇਂਦਰ ਸਰਕਾਰ ਦੇ ਵਿੱਚ ਵੀ ਅਸੀਂ ਓਲਡ ਪੈਨਸ਼ਨ ਸਕੀਮ ਲਾਗੂ ਕਰਾਂਗੇ। ਇਸ ਤੋਂ ਇਲਾਵਾ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਮਨਰੇਗਾ ਸਕੀਮ ਜਿਹੜੀ ਪਿੰਡਾਂ 'ਚ ਚੱਲਦੀ ਹੈ ਉਹਦੀਆਂ ਦਿਹਾੜੀ ਵਧਾਈ ਜਾਏਗੀ, ਦਿਹਾੜੀਆਂ ਦੀ ਗਿਣਤੀ ਵਧਾਈ ਜਾਏਗੀ, ਨਾਲ ਨਾਲ ਸ਼ਹਿਰ ਵਿੱਚ ਵੀ ਮਨਰੇਗਾ ਸਕੀਮ ਪਿੰਡਾਂ ਵਾਂਗੂ ਹੀ ਚਲਾਈ ਜਾਏਗੀ। ਇਹ ਨਵੀਂ ਸਕੀਮ ਲੈ ਕੇ ਆਵਾਂਗੇ ਜਿਹਦੇ ਨਾਲ ਪਿੰਡਾਂ ਦੀ ਜਿਹੜੀ ਚੱਲ ਰਹੀ ਮਨਰੇਗਾ ਦੇ ਨਾਲ ਨਾਲ ਸ਼ਹਿਰ ਵਿੱਚ ਵੀ ਚੱਲੇ। ਕਾਂਗਰਸ ਪਾਰਟੀ ਨੇ 30 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ, ਆਉਣ ਵਾਲੇ ਦਿਨਾਂ 'ਚ ਅਸੀਂ ਸਰਕਾਰ ਬਣੇ ਕਾਂਗਰਸ ਦੀ ਤਾਂ 30 ਲੱਖ ਨੌਕਰੀਆਂ ਜਿਹੜੀਆਂ ਉਹ ਅਸੀਂ ਦੇਣੀਆਂ। ਹੁਣ ਤੁਸੀਂ ਪੁੱਛ ਲਓ ਜਿਹੜੀ ਗੱਲ ਮੰਗ ਮੈਂ ਆਪਣੇ ਤੌਰ 'ਤੇ ਗੱਲ ਕਰਨਾ ਨਹੀਂ ਸੀ ਚਾਹੁੰਦਾ ਕਿਉਂਕਿ ਬਹੁਤ ਹੀ ਸ਼ਰਮਨਾਕ ਘਟਨਾ ਹੈ, ਸ਼ਰਮਨਾਕ ਗੱਲ ਹੈ। ਆਮ ਆਦਮੀ ਪਾਰਟੀ ਦੇ ਲੀਡਰਾਂ ਵਾਸਤੇ ਡੁੱਬ ਕੇ ਮਰ ਜਾਣ ਵਾਲੀ ਸਥਿਤੀ ਹੈ, ਉਹਨਾਂ ਨੂੰ ਆਪਣੀ ਫੇਸ ਸੇਵਿੰਗ ਵੀ ਉਹ ਕਰ ਨਹੀਂ ਪਾ ਰਹੇ, ਸ਼ਕਲ ਵੀ ਬਚਾ ਨਹੀਂ ਪਾ ਰਹੇ। ਮੈਂ ਪੰਜਾਬ ਦੀ ਮਹਿਲਾ ਕਮਿਸ਼ਨ ਨੂੰ ਪੁੱਛਣਾ ਚਾਹੁੰਦਾ ਜੀ ਅੱਜ ਤੁਸੀਂ ਕਿੱਥੇ ਹੋ? ਜਦ ਕੋਈ ਝੂਠੀਆਂ ਗੱਲਾਂ ਸੀ ਤੁਸੀਂ ਬੜੀ ਛੇਤੀ ਨੋਟਿਸ ਕੱਢਿਆ, ਅੱਜ ਭੈਣ ਜੀ ਤੁਹਾਨੂੰ ਕੋਈ ਦਰਦ ਨਹੀਂ ਆ ਰਿਹਾ ਕਿਸੇ ਸਾਡੀ ਧੀ ਭੈਣ ਦੇ ਨਾਲ? ਕਿਉਂ ਤੁਸੀਂ ਕਾਰਵਾਈ ਨਹੀਂ ਸ਼ੋਅ ਕੀਤੀ? ਮੈਂ ਧੰਨਵਾਦੀ ਹਾਂ ਨੈਸ਼ਨਲ ਵੂਮੈਨ ਕਮਿਸ਼ਨ ਦਾ ਜਿਨ੍ਹਾਂ ਨੇ ਇਸ ਚੀਜ਼ ਦਾ ਨੋਟਿਸ ਲਿਆ। ਬਹੁਤ ਹੀ ਘਿਨਾਉਣੀਆਂ ਹਰਕਤਾਂ ਹੈ ਇਹ, ਔਰ ਬਹੁਤ ਹੀ ਅਪਮਾਨਜਨਕ ਵੀਡੀਓਜ਼ ਘੁੰਮ ਰਹੀਆਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਆਚਰਣ ਦਾ ਪਰਦਾਫਾਸ਼ ਕਰ ਰਹੀਆਂ ਕਿ ਅਸਲ ਦੇ ਵਿੱਚ ਇਹ ਕੌਣ ਲੋਕ ਹੈ।
ਇਹਨਾਂ ਦੇ ਵੱਡੇ ਲੀਡਰਾਂ ਦੀਆਂ ਵੀ ਵੀਡੀਓਜ਼ ਦੀਆਂ ਗੱਲਾਂ ਚਰਚਾਵਾਂ ਆਮ ਪਬਲਿਕ ਵਿੱਚ ਹੈ। ਸੋ ਅਸੀਂ ਤੁਰੰਤ ਮੰਗ ਕਰਦੇ ਹਾਂ ਕਿ ਤੁਰੰਤ DGP ਪੰਜਾਬ ਇਹਦੇ 'ਤੇ ਪਰਚਾ ਦਰਜ ਕਰਕੇ ਜਿਹੜੇ ਵੀ ਬੰਦੇ ਇਨਵੋਲਵ ਹੈ ਉਹਨਾਂ ਨੂੰ ਫੜ ਕੇ ਅੰਦਰ ਦੇਵੇ। ਔਰ ਮੈਂ ਭਗਵੰਤ ਮਾਨ ਅਤੇ ਕੇਜਰੀਵਾਲ ਜੀ ਨੂੰ ਕਹਿਣਾ ਚਾਹੁੰਦਾ ਕਿ ਕੁਛ ਸ਼ਰਮ ਕਰ ਲਓ, ਇਹ ਮੰਤਰੀ ਨੂੰ ਤੁਰੰਤ ਲਾਹੋ ਤਾਂ ਕਿ ਤੁਹਾਡਾ ਮਾੜਾ ਮੋਟਾ ਫੇਸ ਸੇਵਿੰਗ ਹੋ ਜਾਵੇ, ਤੁਹਾਡਾ ਕਰੈਕਟਰ ਅਤੇ ਜੋ ਧੱਬੇ ਲੱਗ ਰਹੇ ਤੁਹਾਡੇ ਉਸ ਨੂੰ ਬਚਾਓ। ਯਾਰ ਦੁਨੀਆ ਦੀ ਨੌਲੇਜ ਵਿੱਚ ਆ ਗਿਆ, ਗੱਲਾਂ ਤੇਰੀ ਉਹ ਨੌਲੇਜ ਵਿੱਚ ਨਹੀਂ ਆ ਰਿਹਾ, ਇਹ ਨੌਲੇਜ ਦਾ ਕੁਛ ਵਾਧਾ ਕਰ ਆਪਣੀ ਦੇ ਵਿੱਚ, ਤੁਸੀਂ ਉਹਦੀ ਨੌਲੇਜ 'ਚ ਵਾਧਾ ਕਰ ਦਿਓ। ਇਹਦਾ ਮਤਲਬ ਇਹ ਹੈ ਕਿ ਅਸਲੀਅਤ ਨੂੰ ਉਹ ਮੁੱਕਰ ਨਹੀਂ ਸਕਦਾ ਅਤੇ ਉਹ ਦੱਸ ਨਹੀਂ ਪਾ ਰਿਹਾ, ਉਹ ਇਸ ਗੱਲ ਨੂੰ ਟਾਲ ਰਿਹਾ, ਕਿੰਨੀ ਕੁ ਦੇਰ ਟਾਲੇਗਾ। ਭਾਜਪਾ ਕੇ ਜੋ ਪੰਜਾਬ ਪ੍ਰਦੇਸ਼ ਅਧਿਕਸ਼ ਹੈ ਸੁਨੀਲ ਜਾਖੜ, ਉਹਨਾਂ ਨੇ ਕਿਹਾ ਹੈ ਕਿ ਜਬ ਤੋਂ ਕੇਜਰੀਵਾਲ ਜੇਲ੍ਹ ਮੇਂ ਥੇ ਤੋ ਅਪਨੀ ਜੋ ਬਿਮਾਰੀਆਂ ਕਿਨਾਰੇ ਲੱਗੇ ਹੋਏ ਥੇ, ਅਬ ਇਤਨੇ ਟੈਂਪਰੇਚਰ ਮੇਂ ਵੋ ਵੋਟ ਮੰਗ ਰਹੇ ਹੈਂ ਔਰ ਉੱਪਰ ਸੇ ਉਹਨਾਂ ਨੇ ਅਰਜ਼ੀ ਵੀ ਦੀ ਹੈ ਕਿ 7 ਦਿਨ ਕਾ ਸਮੇਂ ਹੋਰ ਦਿਆ ਜਾਏ ਸੁਪਰੀਮ ਕੋਰਟ ਦੇ ਦਾ ਹਵਾਲਾ ਦਿੰਦੇ ਹੋਏ। ਕਿਹਦਾ ਨਾਮ ਲਿਆ ਤੁਸੀਂ? ਸੁਨੀਲ ਜਾਖੜ ਜੀ। ਸੁਨੀਲ ਜਾਖੜ, ਕੋਈ ਦੁਨੀਆ ਦੇ ਵਿੱਚ ਮਤਸਵੀ ਲੀਡਰ ਹੈ, ਜੇ ਕੋਈ ਗਰੀਬ ਆਦਮੀਆਂ ਦੇ ਖਿਲਾਫ ਲੀਡਰ ਹੈ, ਜਿਹਦੇ ਮਨਾਂ ਦੇ ਵਿੱਚ ਜ਼ਹਿਰ ਹੈ, ਜੇ ਕਿਸੇ ਦੇ ਵਿੱਚ ਛੋਟੀਆਂ ਜਾਤਾਂ ਵਾਸਤੇ ਔਰ ਗਰੀਬ ਲੋਕਾਂ ਵਾਸਤੇ, ਜੇ ਕਿਸੇ ਦੇ ਵਿੱਚ ਅੰਬੇਦਕਰ ਦੀ ਸੋਚ ਦੇ ਖਿਲਾਫ ਕੋਈ ਖੜਾ ਹੈ, ਜੇ ਕੋਈ ਗਰੀਬ, ਕੋਈ ਦਿਨ ਹੁੰਦੇ ਸੀ ਕਿ ਗਰੀਬ ਲੋਕਾਂ ਨੂੰ ਟੋਭੇ ਤੋਂ ਵੀ, ਤਲਾਅ ਤੋਂ ਵੀ, ਖੂਹ ਤੋਂ ਵੀ ਪਾਣੀ ਨਹੀਂ ਸੀ ਲੈਣ ਦਿੱਤਾ ਜਾਂਦਾ, ਇਹ ਉਸ ਸੋਚ ਦਾ ਬੰਦਾ ਹੈ। ਮੈਂ ਇਸ ਬੰਦੇ ਦੀ ਕਦੇ ਕੋਈ ਜਵਾਬ ਨਹੀਂ ਦਿੰਦਾ, ਮੈਂ ਇਹਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੀ ਸੋਚ ਨੂੰ ਠੀਕ ਕਰ। ਅੱਜ ਜ਼ਮਾਨਾ ਬਹੁਤ ਅੱਗੇ ਵੱਧ ਗਿਆ, ਸਾਰੇ ਲੋਕਾਂ ਨੇ ਸਮਾਨਤਾ ਦਾ ਆਪਣੇ ਆਪ ਦੇ ਵਿੱਚ ਸਭ ਨੂੰ ਪਿਆਰ ਦੇ ਰਹੇ, ਸਭ ਨੂੰ ਬਰਾਬਰ ਬਿਠਾ ਰਹੇ। ਤੁਸੀਂ ਦਲਿਤ ਵਰਗ ਨੂੰ ਪੈਰ ਦੀ ਜੁੱਤੀ ਦੇ ਉੱਪਰ ਬਿਠਾਉਣ ਯੋਗ ਦੱਸਦੇ ਹੋ, ਤੁਸੀਂ ਕਹਿੰਦੇ ਹੋ ਸਿਰ 'ਤੇ ਬਿਠਾਉਣ ਵਾਲੇ ਨਹੀਂ, ਪੈਰ ਦੀ ਜੁੱਤੀ 'ਤੇ ਬਿਠਾਉਣ ਵਾਲੇ। ਅਜਿਹੀ ਮਾਨਸਿਕਤਾ ਵਾਲੇ ਬੰਦੇ ਨੂੰ BJP ਨੇ ਪ੍ਰਧਾਨ ਬਣਾ ਕੇ ਇਹ ਸਾਬਤ ਕਰਿਆ ਕਿ ਇਹ BJP ਵੀ ਦਲਿਤ ਵਿਰੋਧੀ ਹੈ ਔਰ ਦਲਿਤਾਂ ਦੇ ਖਿਲਾਫ ਹੈ। ਉਹਨਾਂ ਨੇ ਐਸਾ ਬੰਦਾ ਮੂਹਰੇ ਕਰਕੇ ਦਲਿਤ ਔਰ ਪਿਛੜੇ ਸ਼੍ਰੇਣੀ ਦੇ ਲੋਕਾਂ ਦਾ ਅਪਮਾਨ ਕੀਤਾ। ਉਹ ਜੀ, ਮੈਂ UP, Bihar ਜਿੱਥੇ ਦੇ ਵੀ ਲੋਕ ਹੈ ਪ੍ਰਵਾਸੀ, ਉਹਨਾਂ ਦਾ ਸਤਿਕਾਰ ਕਰਦਾ, ਉਹਨਾਂ ਦੇ ਨਾਲ ਘੁਲ ਕੇ ਮਿਲ ਕੇ ਮੇਰੇ ਹਲਕੇ ਜਾ ਕੇ ਪੁੱਛੋ। ਹਰ ਸਾਲ ਮੈਂ ਉਹਨਾਂ ਦੇ ਨਾਲ ਹੋਲੀ ਖੇਡਦਾ, ਹਰ ਸਾਲ ਅਸੀਂ ਛੱਠ ਪੂਜਾ ਕਰਦੇ। ਮੈਂ ਛੱਠ ਮਾਤਾ ਦਾ ਮੰਦਿਰ ਬਣਾ ਕੇ ਦਿੱਤਾ ਹੈ ਮਰਿੰਡੇ ਦੇ ਵਿੱਚ, ਮੈਂ ਛੱਠ ਮਾਤਾ ਦੀ ਪੂਜਾ ਦੇ ਲਈ ਇੱਕ ਉੱਥੇ ਜਗ੍ਹਾ ਦਿੱਤੀ ਜਿਹਦੇ 'ਚ ਉਹ ਤਲਾਬ ਬਣਾ ਕੇ ਛੱਠ ਪੂਜਾ ਕਰਦੇ। ਸਾਡਾ 9 ਮਾਸ ਦਾ ਰਿਸ਼ਤਾ ਹੈ, ਇਹ ਜਿਹੜੇ ਕੋਈ ਇਸ ਤਰ੍ਹਾਂ ਵਰਗੜਾ ਕੇ ਕੋਸ਼ਿਸ਼ ਕਰਦੇ ਇਹਦੇ 'ਚ ਕੋਈ ਸੱਚਾਈ ਨਹੀਂ। ਕੱਲ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਕਾਂਗਰਸ ਇਨਸਾਫ ਨਹੀਂ ਦਵਾ ਸਕਦੀ, ਕਿਵੇਂ ਦੇਖਦੇ? ਕਾਂਗਰਸ ਤਾਂ ਓਪੋਜੀਸ਼ਨ 'ਚ ਹੈ ਭਾਈ, ਤੁਸੀਂ ਦੇਣਾ ਇਨਸਾਫ ਤਾਂ ਜਿਹੜੇ ਸਰਕਾਰ ਵਿੱਚ ਹੈ, ਐਸੀ ਕਿਆ ਦਿਵਾਉਣਾ ਇਨਸਾਫ, ਤੁਸੀਂ ਇਨਸਾਫ ਦਿਓ, ਤੁਸੀਂ ਸਰਕਾਰ ਵਿੱਚ ਹੈ।
ਜਦੋਂ ਸਰਕਾਰ ਵਿੱਚ ਅਸੀਂ ਆ ਜਾਵਾਂਗੇ ਅਸੀਂ ਇਨਸਾਫ ਦਵਾਵਾਂਗੇ। ਸਰ ਤੁਸੀਂ ਪੀਐਸਪੀ ਦੀ ਗੱਲ ਕੀਤੀ ਹੈ, ਕੀ ਲੱਗਦਾ ਕਿ ਪੀਐਸਪੀ ਦਾ ਵੋਟ ਬੈਂਕ ਜਿਹੜਾ ਹੈ ਉਹ ਕਾਂਗਰਸ ਦੇ ਸਮੀਕਰਨ ਨੂੰ ਵਿਗਾੜ ਸਕਦਾ? ਨਹੀਂ, ਇਹ ਨਹੀਂ ਹੈ ਗੱਲ। ਮੈਂ ਇਹ ਕਹਿ ਰਿਹਾ ਕਿ ਬੀਐਸਪੀ ਇੱਕ ਸਮਾਜ ਦੇ ਵਿੱਚ ਬਹੁਤ ਜਾਂ ਸਮਾਜ ਦੀ ਗੱਲ ਕਰਦੀ ਹੈ। ਬੀਐਸਪੀ ਦੇ ਸੁਪਰੀਮੋ ਕਾਂਸ਼ੀ ਰਾਮ ਜੀ ਨੇ ਗਰੀਬ ਲੋਕਾਂ ਨੂੰ ਉੱਪਰ ਚੱਕਣ ਦੀ ਗੱਲ ਕੀਤੀ, ਸੰਵਿਧਾਨ ਦੀ ਗੱਲ ਕੀਤੀ, ਸੰਵਿਧਾਨ ਨੂੰ ਬਰਕਰਾਰ ਰੱਖਣ ਦੀ ਗੱਲ ਕੀਤੀ। ਅੱਜ ਸੰਵਿਧਾਨ 'ਤੇ ਖਤਰਾ ਬਣਿਆ ਹੋਇਆ ਹੈ, ਅੱਜ ਬੀ ਆਰ ਅੰਬੇਦਕਰ ਸਾਹਿਬ ਦੀ ਸੋਚ 'ਤੇ ਖਤਰਾ ਹੈ। ਇਸ ਲਈ ਕਾਂਸ਼ੀ ਰਾਮ ਜੀ ਦੀ ਅਤੇ ਅੰਬੇਦਕਰ ਸਾਹਿਬ ਦੀ ਸੋਚ ਨੂੰ ਬਰਕਰਾਰ ਰੱਖਣ ਲਈ ਤੁਸੀਂ ਵੋਟ ਨੂੰ ਖਰਾਬ ਨਾ ਕਰੋ, ਕਿਰਪਾ ਕਰਕੇ ਕਾਂਗਰਸ ਨੂੰ ਵੋਟ ਪਾਓ, ਨਹੀਂ ਤਾਂ ਜਿਹੜੀ ਹੈ ਉਹਦੇ ਨਾਲ ਬੀਜੇਪੀ ਦੀ ਵੋਟ ਦਾ ਫਾਇਦਾ ਹੁੰਦਾ ਹੈ, ਜਿਹੜੀ ਤੁਹਾਡੀ ਵੋਟ ਹੈ ਉਹ ਬੀਜੇਪੀ ਨੂੰ ਜਾਂਦੀ ਹੈ। ਯਾਰ ਮੈਂ ਕਹਿੰਦਾ ਉਹ 7 ਦਿਨ ਕਿਹਾ, 17 ਦਿਨ ਦਾ ਵੀ ਟਾਈਮ ਦੇ ਦਿਓ ਉਹਨੂੰ, ਆਖਰ ਨੂੰ ਤਾਂ ਪੁਲਾਂ ਦੇ ਥੱਲੇ ਉਹਨੇ ਪਾਣੀ ਲੰਘਣਾ। ਜਿਹੜਾ ਪੰਜਾਬ ਨੂੰ ਲੁੱਟਿਆ ਔਰ ਕੁੱਟਿਆ ਹੈ ਇਹਦਾ ਹਿਸਾਬ ਇੱਕ ਨਾ ਇੱਕ ਦਿਨ ਹੋਣਾ ਹੈ। ਬਹੁਤ ਧੰਨਵਾਦ। ਮੇਰੀ ਨਾ ਅੱਖਾਂ ਦੇ ਵਿੱਚ ਧੁੱਪ ਤੋਂ ਪ੍ਰੋਬਲਮ ਆਉਂਦੀ ਹੈ ਮੈਨੂੰ, ਬਸ ਇਹ ਮੈਂ ਤੁਸੀਂ ਮੈਨੂੰ ਪੁੱਛਿਆ ਤਾਂ ਮੈਨੂੰ ਇੱਕ ਤਾਂ ਗੈਂਦੇ ਤੋਂ ਪ੍ਰੋਬਲਮ ਹੈ, ਗੈਂਦੇ ਨਾਲ ਮੈਨੂੰ ਰੈਸ਼ਿਜ਼ ਆ ਜਾਂਦੇ ਆ ਅਤੇ ਲੋਕ ਗੈਂਦੇ ਦੇ ਫੁੱਲ ਮੇਰੇ ਉੱਪਰ ਗੇਰਦੇ ਆ, ਉਹ ਆਪਣਾ ਪਿਆਰ ਕਰਦੇ ਆ, ਮੈਂ ਉਹਨੂੰ ਰੋਕਦਾ ਵੀ ਹਾਂ ਲੇਕਿਨ ਫਿਰ ਵੀ ਗੇਰ ਦਿੰਦੇ। ਇੱਕ ਮੈਨੂੰ ਜਿਹੜਾ ਟਿੱਕਾ ਲਾਉਂਦੇ ਉਹਦਾ ਗੇਰੂ ਤੋਂ ਐਲਰਜੀ ਹੈ, ਇਸ ਕਰਕੇ ਮੈਂ ਚੰਦਨ ਦਾ ਟਿੱਕਾ ਲਵਾਉਂਦਾ ਜਾਂ ਪੀਲਾ ਜਿਹੜਾ ਹਲਦੀ ਦਾ ਟਿੱਕਾ ਲਾਉਂਦਾ ਲਾਉਂਦਾ ਹੈ ਮੈਂ ਚੰਦਨ ਦਾ ਜਾਂ ਹਲਦੀ ਦਾ। ਜੀ ਦੇਖੋ ਮੇਰੀ ਤਾਂ ਬਿਮਾਰੀ ਹੈ, ਅਗਲੇ ਕੰਟਰੋਵਰਸੀ ਕਰੀ ਜਾਂਦੇ ਆ, ਮੈਨੂੰ ਤਾਂ ਤੁਸੀਂ ਮੇਰੇ ਇੱਥੇ ਉਹ ਲਿਆਓ ਗੈਂਦਾ ਲਿਆਓ ਇੱਥੇ ਲਗਾ ਦਿਓ ਤਾਂ ਧੱਫੜ ਪੈ ਜਾਣਾ, ਦੋ ਚੀਜ਼ਾਂ ਤੋਂ ਮੈਨੂੰ ਐਲਰਜੀ ਹੈ। ਮੈਂ ਕਹਿ ਰਿਹਾ ਕਿ ਮੇਰੇ ਚੰਦਨ ਦੇ ਟਿੱਕੇ ਜਿੰਨੇ ਮਰਜ਼ੀ ਲਗਾਓ, ਮੇਰੇ ਹਲਦੀ ਦੇ ਟਿੱਕੇ ਜਿੰਨੇ ਮਰਜ਼ੀ ਲਾਓ, ਹਲਦੀ ਦੇ ਵਿੱਚ ਚੌਲ ਮਿਲਾ ਕੇ ਲਾਓ, ਜਿਹੜੇ ਸ਼ਗਨਾਂ ਦੇ ਕੰਮ ਹੈ ਉਹ ਕਰੋ, ਲੇਕਿਨ ਜਿਹੜੀ ਚੀਜ਼ ਤੋਂ ਮੈਨੂੰ ਐਲਰਜੀ ਹੈ ਜਿਹੜੀ ਨਾਲ ਮੇਰੀ ਚਮੜੀ ਖਰਾਬ ਹੁੰਦੀ, ਗੈਂਦੇ ਦਾ ਫੁੱਲ ਹੈ ਨਾ ਉਹਦੇ ਵਿੱਚ ਗੇਰੂ ਹੁੰਦਾ ਜੀ, ਹਾਂ ਹਾਂ ਉਹਦਾ ਵਿੱਚ ਆਮ ਤੌਰ 'ਤੇ ਕੰਪੋਨੈਂਟ ਪਾ ਲੈਂਦੇ ਆ ਤਾਂ ਉਹ ਪਤਾ ਨਹੀਂ ਹੁੰਦਾ ਪਾਇਆ ਵਾ ਕਿ ਨਹੀਂ। ਚੰਦਨ ਦਾ ਪਤਾ ਲੱਗ ਜਾਂਦਾ ਚੰਦਨ ਹੈ, ਹਲਦੀ ਦਾ ਪਤਾ ਲੱਗ ਜਾਂਦਾ ਹਲਦੀ ਹੈ, ਉਹਨਾਂ ਦੇ ਜਿੰਨੇ ਮਰਜ਼ੀ। ਮੈਂ ਮੇਰੀ ਗੱਲ ਸੁਣੋ, ਇਹ ਰਿੰਕੂ ਨੂੰ ਮੇਰੇ ਨਾਲ ਬਿਠਾਓ, ਮੈਂ ਕਹਿੰਦਾ ਮੰਤਰਾਂ 'ਤੇ ਹੀ ਗੱਲ ਕਰ ਲਈਏ, ਆਓ ਨਾ ਬੰਗਲਾ ਮੁਖੀ ਦੇ ਮੰਤਰ। ਮੈਂ ਕਹਿੰਦਾ ਜੀ ਰਿੰਕੂ ਬੀਜੇਪੀ ਦਾ ਕੈਂਡੀਡੇਟ ਹੈ, ਮੇਰੇ ਨਾਲ ਬੰਗਲਾ ਮੁਖੀ ਦੇ ਪਾਠ ਦੇ ਵਿੱਚ ਬੈਠੇ, ਮੈਂ ਮੰਤਰ ਪੜ੍ਹਾਂਗਾ, ਉਹ ਉਹਦਾ ਮਤਲਬ ਇਹ ਦੱਸ ਦਿਓ ਕਿਸੇ ਦਾ, ਮੈਂ ਸੰਸਕ੍ਰਿਤ ਦਾ ਸਟੂਡੈਂਟ ਹੈ, ਮੈਂ ਬੰਗਲਾ ਮੁਖੀ ਦਾ ਪਾਠ ਕਰ ਸਕਦਾ, ਮੈਂ ਹਵਨ ਕਰ ਲੈਂਦਾ, ਮੈਂ ਬੰਗਲਾ ਮੁਖੀ ਦੇ ਜਾ ਕੇ ਪਾਠ ਕਰਾਉਂਦਾ ਉੱਥੇ ਹਵਨ ਕਰਾਉਂਦਾ। ਮੈਂ ਖਰੜ ਦੇ ਵਿੱਚ ਅੱਜ ਤੋਂ 25 ਸਾਲ ਪਹਿਲਾਂ, ਹੁਣ ਇਲੈਕਸ਼ਨ ਦੀ ਗੱਲ ਨਹੀਂ ਦੱਸ ਰਿਹਾ, 25 ਸਾਲ ਪਹਿਲਾਂ ਲਾਂਡਰਾ ਰੋਡ ਦੇ ਮੰਦਿਰ ਦੇ ਵਿੱਚ ਹਨੂੰਮਾਨ ਜੀ ਦੀ ਮੂਰਤੀ ਦੀ ਸਥਾਪਨਾ ਕਰਾਈ ਹੈ ਆਪਣੇ ਵੱਲੋਂ, ਮੈਂ ਭੈਰੋ ਜੀ ਦੀ ਮੂਰਤੀ ਦੀ ਸਥਾਪਨਾ ਕਰਾਈ ਹੈ, ਮੈਂ ਆਪਣੀ ਰਾਮਲੀਲਾ ਕਮੇਟੀ ਦਾ ਪੈਟਰਨ ਹੈ, ਮੈਂ ਹਰ ਸਾਲ ਹਰ ਰਾਮਲੀਲਾ ਦੇ ਵਿੱਚ ਦੁਸਹਿਰੇ ਤੋਂ ਅਗਲੇ ਦਿਨ ਖਰੜ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਦਾ ਰਾਜ ਤਿਲਕ ਮੇਰੇ ਹੱਥੋਂ ਕਰਵਾਇਆ ਜਾਂਦਾ ਹੈ। ਸਿਰਫ 30 ਸਾਲਾਂ ਦੇ ਵਿੱਚ ਇੱਕ ਨਾਗਾ ਪਿਆ, ਮੈਂ ਹਰ ਸਾਲ ਰਾਜ ਤਿਲਕ ਕਰਨ ਜਾਂਦਾ, ਮੇਰਾ ਜਨਮ ਰਾਮਨੌਮੀ ਵਾਲੇ ਦਿਨ ਦਾ ਹੈ, ਕੱਢ ਕੇ ਦੇਖ ਲਓ ਮੇਰੇ ਜਨਮ ਦੀ ਤਿਥੀ ਨੂੰ, ਉਸ ਦਿਨ ਰਾਮਨੌਮੀ ਸੀ, ਮੇਰਾ ਨਕਸ਼ੱਤਰ, ਇਹਨੂੰ ਤਾਂ ਪਤਾ ਨਹੀਂ ਹੋਣਾ ਨਕਸ਼ੱਤਰ ਕਿਆ ਹੁੰਦਾ ਨਾ, ਕੁੰਡਲੀ ਕਿਆ ਹੁੰਦੀ ਹੈ, ਜਿਹਨਾਂ ਨੂੰ ਬੀਜੇਪੀ ਦੇ ਕੈਂਡੀਡੇਟ ਬਣਾਇਆ, ਮੇਰਾ ਨਕਸ਼ੱਤਰ ਪੁਨਰਵਸੂ ਹੈ,
ਜਿਹੜਾ ਕਿ ਭਗਵਾਨ ਰਾਮ ਜੀ ਦਾ। ਮੈਂ ਭਗਵਾਨ ਰਾਮ ਦਾ ਅਸਲੀ ਚੇਲਾ ਹੈ ਕਿ ਇਹ ਲੋਕ ਹੈ ਤੇ ਬੀਜੇਪੀ ਦੇ ਜਿਹੜੇ ਕੈਂਡੀਡੇਟ ਹੈ, ਜੇ ਇੱਕ ਮੰਤਰ ਦਾ ਵੀ ਉਚਾਰਨ ਕਰ ਦੇਣ, ਮੈਂ 2 ਘੰਟੇ ਨਹੀਂ ਹਟਣਾ ਮੰਤਰ ਉਚਾਰਨ ਕਰਕੇ। ਸਾਨੂੰ ਪੰਜਾਬ ਦੀ ਬ੍ਰਾਹਮਣ ਸਭਾ ਨੇ ਸਮਰਥਨ ਦਿੱਤਾ, ਅਨਕੰਡੀਸ਼ਨਲ ਖੁੱਲ੍ਹਾ ਸਮਰਥਨ ਦਿੱਤਾ। ਮੈਂ ਜਦੋਂ ਮੁੱਖ ਮੰਤਰੀ ਸੀ, ਫਗਵਾੜੇ ਦੇ ਵਿੱਚ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਦੇ ਵਿੱਚ 10 ਕਰੋੜ ਰੁਪਇਆ ਮੈਂ ਦਿੱਤਾ। ਸ਼ਾਇਦ ਮੈਂ ਪਹਿਲਾ ਹੀ ਇੱਕੋ ਮੁੱਖ ਮੰਤਰੀ ਹਾਂ ਜਿਹਨੇ ਭਗਵਾਨ ਪਰਸ਼ੂਰਾਮ ਜੀ ਦੀ ਮੰਦਿਰ ਦੇ ਵਿੱਚ ਇੰਨੇ ਪੈਸੇ ਦਿੱਤੇ। ਉਹ ਪੈਸਾ ਯੂਜ਼ ਹੋ ਰਿਹਾ ਜੀ, ਬਹੁਤ ਅੱਛਾ ਮੰਦਿਰ ਬਣ ਰਿਹਾ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣਾ ਕੁਛ ਨਾ ਕੁਛ ਭਗਵਾਨ ਦੇ ਅਰਪਣ ਕਰ ਸਕਿਆ। ਉਹਦੇ ਬਾਅਦ ਜਿਹੜੀ ਉਹਨਾਂ ਦੀ ਉਮੀਦਵਾਰ ਹੈ ਬੀਜੇਪੀ ਦੀ, ਉਹਨਾਂ ਨੇ ਪ੍ਰਸ਼ਾਸਨ ਦੇ ਸਵਾਲ ਖੜੇ ਕੀਤੇ ਕਿ ਉਹਨਾਂ ਦਾ ਚੋਪਰ ਲੈਂਡ ਨਹੀਂ ਕਰਵਾਇਆ ਗਿਆ। ਇਹ ਗੱਲਾਂ ਹੁੰਦੀਆਂ ਰਹਿੰਦੀਆਂ, ਜੇ ਕੋਈ ਐਡੀ ਗੱਲ ਨਹੀਂ। ਮੇਰਾ ਜਿਹੜੇ ਬ੍ਰਾਹਮਣ ਸਭਾ ਕਹਿੰਦੇ ਸਾਡੀ ਸਰਕਾਰਾਂ ਤੋਂ ਬਸ ਸਭਾ ਭੰਗ ਕਰਦੀ ਕਰਦੀ ਗਈ, ਜਿਹੜੇ ਕੋਈ ਪੈਸੇ ਸੀਗੇ ਅੱਗੇ ਕੰਮ ਨਹੀਂ ਵਧਾਇਆ ਗਿਆ, ਕਹਿੰਦੇ ਸਰਕਾਰ ਨੂੰ ਸਾਡੇ ਇਸ ਦਾ ਕਿਲਾ ਜਿਹੜੇ ਮੌਜੂਦਾ ਸਰਕਾਰ ਹੈ। ਯਾਰ ਮੈਂ ਕਿਹਦੇ ਕਿਹਦੇ ਦੁਸ਼ਮਣ ਦੱਸਾਂ ਇਹਨਾਂ ਨੂੰ? ਇਹ ਕਿਸਾਨਾਂ ਦੀ ਇਹ ਸਰਕਾਰ ਦੁਸ਼ਮਣ ਹੈ, ਗਰੀਬਾਂ ਦੀ ਇਹ ਸਰਕਾਰ ਦੁਸ਼ਮਣ ਹੈ, ਬ੍ਰਾਹਮਣ ਸਭਾ ਦੇ ਇਹਨਾਂ ਨੇ ਪੈਸੇ ਨਹੀਂ ਲਵਾਏ। ਇਹ ਸਰਕਾਰ ਨਹੀਂ ਚੱਲ ਰਹੀ। ਮੈਂ ਪਹਿਲਾਂ ਕਿਹਾ ਸੀ ਸਟੇਜ ਚਲਾਉਣ ਦੇ ਵਿੱਚ ਅਤੇ ਸਟੇਟ ਚਲਾਉਣ ਦੇ ਵਿੱਚ ਫਰਕ ਹੈ। ਇਹ ਸਿਰਫ ਸਟੇਜ ਹੀ ਚਲਾ ਰਿਹਾ ਸਾਡਾ ਮੁੱਖ ਮੰਤਰੀ, ਇਹਨੂੰ ਸਟੇਟ ਚਲਾਉਣੀ ਨਹੀਂ ਆਉਂਦੀ। ਇਹਨੇ ਸਾਡਾ ਇਹ ਜਿਹੜੇ 2 ਸਾਲ ਹੈ ਕਾਲੇ ਅੱਖਰਾਂ 'ਚ ਲਿਖੇ ਜਾਣਗੇ ਔਰ ਇਹ ਚੋਣਾਂ ਹੋ ਜਾਣ, 1 ਮਹੀਨੇ 'ਚ ਨਹੀਂ ਸਰਕਾਰ ਚੱਲਦੀ ਹੋ ਜਾਣੀ। ਬਹੁਤ ਧੰਨਵਾਦ। ਬੀਜੇਪੀ ਦੇ ਆਪ ਦੇ ਲੀਡਰ ਜਿਹੜੇ ਆ ਅਕਸਰ ਇਹ ਹੀ ਕਹਿੰਦੇ ਨਜ਼ਰ ਆਉਂਦੇ ਆ ਕਿ ਚੰਨੀ ਨੇ 4 ਤਰੀਕ ਤੋਂ ਬਾਅਦ ਬੋਰੀਆ ਬਿਸਤਰਾ ਇਕੱਠਾ ਕਰਕੇ ਵਾਪਸ ਕਰਿਆ। ਵੀਰ ਜੀ ਚੰਨੀ ਨਹੀਂ ਜਾਂਦਾ, ਚੰਨੀ ਆ ਗਿਆ, ਚੰਨੀ ਲੋਕਾਂ ਨੇ ਅਸੈਪਟ ਕਰ ਲਿਆ, ਚੰਨੀ ਚੰਨੀ ਹੋਈ ਵੀ ਹੈ, ਚੰਨੀ ਇੱਥੇ ਰਹੂਗਾ, ਆ ਘਰ ਲੈ ਲਿਆ ਅਤੇ ਘਰ ਦੇ ਵਿੱਚ ਰਹੂੰਗਾ। ਮੈਂ ਵਿਸ਼ਵਾਸ ਉਹਨਾਂ ਲੋਕਾਂ ਨੂੰ ਔਰ ਵਾਅਦਾ ਕਰਦਾ, ਮੇਰਾ ਇਹ ਕੋਈ ਆਖਰੀ ਇਲੈਕਸ਼ਨ ਨਹੀਂ ਹੈ ਨਾ ਕੋਈ ਪਹਿਲਾ ਹੈ। ਮੈਂ ਇੱਥੇ ਰਹਿਣਾ ਤੁਹਾਡੇ ਵਿਚਕਾਰ, ਤੁਹਾਡੇ ਨਾਲ ਇੱਥੇ ਚਾਹ ਪੀਏ ਕਰਨੀ, ਇੱਥੇ ਪ੍ਰੈਸ ਕਾਨਫਰੰਸ ਕਰੇ ਕਰਨੀ, ਮੈਂ ਉਹਦੇ 'ਤੇ ਜਾਂਦਾ ਨਹੀਂ। ਇਹ ਇਹਨਾਂ ਦੇ ਵਹਿਮ ਪਾ ਰਹੇ, ਇਸ ਵਹਿਮ 'ਚ ਆਉਣ ਦੀ ਲੋੜ ਨਹੀਂ। ਮੋਦੀ ਸਾਹਿਬ ਨੂੰ ਜਿਹੜੇ ਉਹਨਾਂ ਦੇ ਰਾਜਨੀਤਿਕ ਹੈਗੇ ਜਿਹੜੇ ਭਗਵਾਨ ਦਾ ਅਵਤਾਰ ਕਹਿ ਕੇ ਸਬੂਤ ਕਰ ਉਹਦੇ ਨਾਲ ਬਹੁਤ ਧੰਨਵਾਦ, ਥੈਂਕ ਯੂ। ਇਹ ਨਵਾਂ ਮੁੰਡਾ ਪਹਿਲੀ ਵਾਰੀ ਦੀ ਵੋਟ ਬਣੀ ਹੈ ਅਤੇ ਪਹਿਲੀ ਵਾਰ ਇਹਨੇ ਵੋਟ ਪਾਉਣੀ ਹੈ, ਮੈਨੂੰ ਸਰੂਪਾ ਦੇਣ ਆਇਆ, ਮੇਰਾ ਸਤਿਕਾਰ ਕਰਨ ਆਇਆ, ਇਹਨੇ ਮੈਨੂੰ ਵਿਸ਼ਵਾਸ ਦਿੱਤਾ। ਫੋਟੋ ਕਰਵਾ ਦਿਓ, ਕਰ ਲਓ ਕਰ ਲਓ ਸਰ। ਇਹ ਇੱਥੇ ਦੇ ਮਸ਼ਹੂਰ ਜਿਨ੍ਹਾਂ ਨੂੰ ਅਸੀਂ ਮਰਾਸੀ ਜਾਂ ਭੰਡ ਕਹਿ ਸਕਦੇ ਹਾਂ, ਇਹ ਅਸਲੀ ਹੈ। ਇਹ ਮੈਨੂੰ ਜੁਆਇਨ ਕਰਨ ਆਏ, ਮੈਂ ਅਸਲੀ ਭੰਡ ਜੁਆਇਨ ਕਰ ਲਏ। ਕਿਰਪਾ ਕਰਕੇ ਪੰਜਾਬ ਦਾ ਪਰਮਾਤਮਾ ਨਕਲੀ ਭੰਡਾਂ ਤੋਂ ਖਹਿੜਾ ਛੜਾ ਦੇ। ਮੰਤਰੀ ਸਾਹਿਬ ਬਣ ਜਾਣਾ ਮੇਰੇ ਵੱਡੇ ਸਾਹਿਬ ਨੇ ਪ੍ਰਧਾਨ ਮੰਤਰੀ ਇੱਕ
ਦੇ ਬੈਸਟ ਚੋਂ ਜਲੰਧਰ ਤੋਂ ਭਾਈ ਯਾਰ ਕੈਮਰਾ ਮੰਡੀ ਚੋਂ ਆਏ ਹੈ, ਅਸਲੀ ਭੰਡ ਹੈ ਤੇ ਇਸ ਕਰਕੇ ਮੇਰੀ ਸ਼ੋਭਾ ਕਰ ਰਹੇ ਹੈ ਤੇ ਮੇਰੇ ਵਾਸਤੇ ਕਾਮਨਾ ਕਰ ਰਹੇ ਹੈ। ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈ ਹੈ, ਅਸਲੀ ਭੰਡਾਂ ਨੇ ਸਾਨੂੰ ਜੁਆਇਨ ਕਰ ਲਿਆ। ਕਿਰਪਾ ਕਰਕੇ ਪਰਮਾਤਮਾ ਛੇਤੀ ਤੋਂ ਛੇਤੀ ਨਕਲੀ ਭੰਡਾਂ ਤੋਂ ਪੰਜਾਬ ਦਾ ਖਹਿੜਾ ਛਡਾਵੇ। ਨਕਲੀ ਭੰਡ ਕੌਣ ਹੈ ਤੁਹਾਨੂੰ ਪਤਾ ਹੈ? ਹੁਣ